ਫਰੀਦਕੋਟ ਵਿੱਚ ਪਿਛਲੇ ਦਿਨੀ ਇੱਕ ਮੈਡੀਕਲ ਦੇ ਵਿਕਰੇਤਾ ਤੋਂ ਫਿਰੌਤੀ ਮੰਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਜੇਲ੍ਹ ਵਿੱਚ ਵਿਚਾਰਧੀਨ ਮੈਡੀਕਲ ਦੇ ਵਿਕਰੇਤਾ ਤੋਂ 3 ਲੱਖ ਫਿਰੌਤੀ ਮੰਗਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ। ਕਾਬੂ ਕੀਤੇ ਗਏ ਵਿਅਕਤੀ ਉੱਤੇ ਪਹਿਲਾਂ ਵੀ ਕਰੀਬ 8 ਮੁਕੱਦਮੇ ਚੱਲ ਰਹੇ ਨੇ ਅਤੇ ਇਹ ਪੈਰੋਲ ਤੇ ਆਪਣੇ ਘਰ ਆਇਆ ਹੋਇਆ ਸੀ। ਫਿਰੌਤੀ ਮੰਗਣ ਵਾਲਾ ਮੁਲਜ਼ਮ ਪਹਿਲਾਂ ਪੀੜਿਤ ਪਰਿਵਾਰ ਦਾ ਹੀ ਦੁਕਾਨ ਤੇ ਕੰਮ ਕਰਦਾ ਸੀ। ਜਾਣਕਾਰੀ ਦਿੰਦਿਆਂ ਫਰੀਦਕੋਟ ਦੇ SSP ਨੇ ਦੱਸਿਆ ਕਿ ਫਿਰੌਤੀ ਮੰਗਣ ਲਈ ਕਥਿਤ ਦੋਸ਼ੀ ਨੇ UP ਦੇ ਇੱਕ ਗੈਂਗਸਟਰ ਗਰੁੱਪ ਦੇ ਨਾਮ ਹੇਠ ਧਮਕੀ ਭਰਿਆ ਪੱਤਾ ਦਿੱਤਾ ਸੀ ਅਤੇ ਇਸ ਨੂੰ ਉਸ ਵੇਲੇ ਗ੍ਰਿਫਤ ਵਿੱਚ ਲਿਆ ਗਿਆ ਜਦੋਂ ਉਹ ਫਿਰੌਤੀ ਦੇ 20,000 ਰੁਪਏ ਪੀੜਤ ਧਿਰ ਪਾਸੋਂ ਲੈ ਕੇ ਜਾ ਰਿਹਾ ਸੀ।